ਪੁੱਤ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦਾ ਇਹ ਬਿਆਨ ਕਿ ਜਿਹੜਾ ਕਾਤਲਾਨਾ ਹਮਲਾ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਉੱਤੇ ਹੋਇਆ ਉਹਨਾਂ ਆਪ ਕਰਾਇਆ, ਬਹੁਤ ਹੀ ਮੰਦਭਾਗਾ। ਔਰ ਮੈਂ ਇਹਦੀ ਸਖ਼ਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦਾ। ਲੋਕਤੰਤਰ ਦੇ ਇਤਿਹਾਸ ਦੇ ਵਿੱਚ ਕਿਸੇ ਪਾਰਟੀ ਦੇ ਪ੍ਰਧਾਨ ਦੇ ਉੱਤੇ ਐਡਾ ਵੱਡਾ ਹਮਲਾ ਹੋਇਆ ਹੋਵੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ। ਔਰ ਕੱਲ੍ਹ ਅਸੀਂ ਮੁੱਖ ਮੰਤਰੀ ਸਾਹਿਬ ਦੀ ਹਾਜ਼ਰੀ 'ਚ ਇਹ ਇਸ਼ੂ ਆਲ ਪਾਰਟੀ ਮੀਟਿੰਗ ਦੇ ਵਿੱਚ ਉਠਾਇਆ, ਉੱਥੇ ਰੰਧਾਵਾ ਸਾਹਿਬ ਖੁਦ ਮੌਜੂਦ ਸੀਗੇ। ਮੈਨੂੰ ਅਫਸੋਸ ਹੈ ਕਿ ਕੱਲ੍ਹ ਮੁੱਖ ਮੰਤਰੀ ਸਾਹਿਬ ਨੇ ਰੰਧਾਵਾ ਸਾਹਿਬ ਦੀ ਹਾਜ਼ਰੀ 'ਚ ਆਲ ਪਾਰਟੀ ਮੀਟਿੰਗ ਦੇ ਵਿੱਚ ਯਕੀਨ ਦਵਾਇਆ ਸੀ ਕਿ ਇਹਦੀ ਤਹਿ ਤੱਕ ਜਾਵਾਂਗੇ ਅਤੇ ਪੂਰਾ ਐਕਸ਼ਨ ਲਵਾਂਗੇ। ਅੱਜ ਪੰਜਾਬ ਦਾ ਇੱਕ ਕੈਬਨਿਟ ਮੰਤਰੀ ਜਿਹੜਾ ਉਹ ਢਾਲ ਬਣ ਕੇ ਫਿਰ ਜਿਹੜਾ ਦੋਸ਼ੀਆਂ ਦੇ ਨਾਲ ਖੜ੍ਹੇ, ਇਸ ਤੋਂ ਮਾੜਾ ਕੰਮ ਪੰਜਾਬ ਦੇ ਇਤਿਹਾਸ ਦੇ ਵਿੱਚ ਹੋਰ ਕੋਈ ਹੋ ਨਹੀਂ ਸਕਦਾ। ਇਸ ਲਈ ਮੈਂ ਮੁੱਖ ਮੰਤਰੀ ਸਾਹਿਬ ਤੋਂ ਸਪਸ਼ਟੀਕਰਨ ਚਾਹੁੰਦਾ ਕਿ ਕੱਲ੍ਹ ਜਿਹੜਾ ਆਲ ਪਾਰਟੀ ਮੀਟਿੰਗ ਵਿੱਚ ਤੁਹਾਡਾ ਭਰੋਸਾ ਸੀ, ਉਹ ਭਰੋਸਾ ਕਿੱਥੇ ਗਿਆ? ਤੁਹਾਡੇ ਕੈਬਨਿਟ ਮਿਨਿਸਟਰ ਦਾ ਇਸ ਤਰ੍ਹਾਂ ਸ਼ੈਲਟਰ ਕਰਨਾ ਕ੍ਰਾਈਮ ਨੂੰ, ਇਹ ਕਿੰਨਾ ਕੁ ਸ਼ੋਭਾ ਦਿੰਦਾ? ਮੈਂ ਆਸ ਕਰਦਾ ਕਿ ਮੁੱਖ ਮੰਤਰੀ ਸਾਹਿਬ ਇਹਦੇ 'ਤੇ ਆਪ ਕਲੈਰੀਫਿਕੇਸ਼ਨ ਦੇਣਗੇ।